ਉਤਾਰਦੇ ਹੋਏ ਲਾਂਦੇ ਹੋਏ ਸਵੇਰੇ ਚੱਕ ਕੇ ਉਸੀ ਦਸਤਾਰ ਨੂੰ ਸਿਰ ਦੇ ਉੱਪਰ ਨਹੀਂ ਪਾਣਾ। ਜਿੱਦਾਂ ਕਹਿ ਲੋ ਹੇਅਰ ਟਾਈ ਕਰ ਲਿਆ, ਮਤਲਬ ਕਿ ਕੇਸਾਂ ਨੂੰ ਬੰਨਣਾ। ਕੰਘਾ ਕਿਸ ਵਾਸਤੇ ਹੁੰਦਾ ਹੈ? ਕੇਸਾਂ ਨੂੰ ਸਵਾਰਨ ਵਾਸਤੇ ਹੁੰਦਾ। ਸਿਰ ਦੇ ਗੱਭੇ ਜੋੜਾ ਕਰਕੇ, ਭਾਵੇਂ ਇਸ ਤੋਂ ਭਾਵ ਹੈ ਕਿ ਚਾਹੇ ਦਮਾਲਾ ਸਾਹਿਬ ਬੰਨ ਲਓ, ਚਾਹੇ ਤੁਸੀਂ ਬੰਨ ਲਓ ਦਸਤਾਰ, ਜਿਹਨੂੰ ਤੁਸੀਂ ਕਹਿ ਲਓ ਪੱਗ, ਕਹਿੰਦੇ ਪੱਗ ਹੀ ਕਹਿੰਦੇ ਨੇ ਸਾਰੇ। ਤੇ ਆਹ ਜਿਹੜਾ ਸਿਰ ਦੇ ਗੱਭੇ ਜੋੜਾ ਕਰਕੇ ਤੇ ਉਹਨੂੰ ਸਵਾਰ ਕੇ ਉਹਦੇ ਵਿੱਚ ਕੰਘਾ ਪਾ ਕੇ ਬਿਨਾਂ ਸ਼ੀਸ਼ੇ ਤੋਂ 8 ਜਾਂ 7 ਮੀਟਰ ਦੀ ਦਸਤਾਰ ਨੂੰ ਤੈਅ ਕਰਕੇ ਤੇ ਉਹਨੂੰ ਆਰਾਮ ਨਾਲ ਬੰਨਣਾ ਬਿਨਾਂ ਸ਼ੀਸ਼ੇ ਤੋਂ। ਤੇ ਇਹ ਮੇਰਾ ਦਸਤਾਰ ਦਾ ਮਹੱਤਵ ਸੀਗਾ। ਤੇ ਦਾਸ ਥੋੜਾ ਸਮੇਂ ਤੋਂ ਲੇਟ ਹੈ, 40-45 ਮਿੰਟ ਲੇਟ ਸੀਗਾ, ਕਿਉਂਕਿ ਹਰਿਆਣਾ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਕੋਹਰੇ ਦਾ ਕਹਿਰ ਵਰਸ ਰਿਹਾ। ਜਿੱਦਾਂ ਕਿ ਸਾਡੇ ਪੰਜਾਬ ਦੇ ਵਿੱਚ, ਹਰਿਆਣੇ ਵਿੱਚ ਕਹਿ ਦਿੰਦੇ ਕਿ ਸੂਰਜ ਦੇਵਤਾ ਆਈਲੈਟਸ ਕਰਕੇ ਬਾਹਰ ਚਲੇ ਗਿਆ, ਕਹਿੰਦੇ ਕਾਫੀ ਦਿਨ ਤੋਂ ਉੱਥੇ ਧੁੱਪ ਨਹੀਂ ਨਿਕਲ ਰਹੀ। ਤੇ ਇਸ ਕਰਕੇ ਰਸਤੇ ਵਿੱਚ ਆਉਂਦੇ ਹੋਏ 3-4 ਸੜਕ ਹਾਦਸੇ ਹੋ ਚੁੱਕੇ, ਦੁਰਘਟਨਾ ਹੋ ਗਈਆਂ, ਜਿਹਨਾਂ ਕਰਕੇ ਰੋਡ ਬਲੋਕ ਹੋ ਚੁੱਕੇ ਨੇ। ਤੇ ਦਾਸ ਹੱਥ ਜੋੜ ਕੇ